ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਪਜੀ ਢਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਨੀਆਂ ਕਿ ਨਿਊ ਬੇਬੀ ਬੌਰਨ ਹੁੰਦਾ ਜਿਹੜਾ ਉਹਦੇ ਸਿਰ ਤੇ ਜਿਹੜੀ ਪੀਆਰ ਮਿਲਦੀ ਆ ਯੂਕੇ ਦੇ ਵਿੱਚ ਕਾਫੀ ਜ਼ਿਆਦਾ ਕੁਐਸਚਨ ਸੀ ਕਿ ਸਾਡਾ ਇੱਥੇ ਜਿਹੜਾ ਬੱਚਾ ਇੱਥੋਂ ਦਾ ਬੌਰਨਾ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਸੋ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਮੋਟੀ ਮੋਟੀ ਗੱਲ ਕਿ ਨਿਊ ਬੇਬੀ ਬੌਰਨਾ ਜਿਹੜਾ ਕਹਿੰਦੇ 7 ਸਾਲ ਦੇ ਵਿੱਚ ਆ ਜਿਹੜਾ ਉਹ ਪੱਕਾ ਆ ਜਾਂਦਾ ਬੰਦਾ ਕਈ ਤਾਂ ਕਹਿੰਦੇ ਆ ਕਿ ਬਸ ਇੱਥੇ ਬੱਚੇ ਨੂੰ ਜਨਮ ਦਿਓ ਤੇ ਤੁਸੀਂ ਪੱਕੇ ਹੋ ਜੰਨੇ ਆ ਸੋ ਉਹ ਉਹਦੀ ਮੈਂ ਗੱਲ ਕਰਦਾ ਤੁਹਾਡੇ ਨਾਲ ਕਿ ਉਹਦਾ ਐਕਚੁਅਲ ਦੇ ਵਿੱਚ ਉਹ ਬੰਦਾ ਉਹਦੇ ਵਿੱਚ ਕਿਵੇਂ ਜਿਹੜਾ ਇੱਥੇ ਬੱਚਾ ਬੌਰਨ ਹੈ ਯੂਕੇ ਦਾ ਉਹਦੀ ਗੱਲ ਕਰਾਂਗੇ ਕਿ ਕਿਵੇਂ ਅਸੀਂ ਉਹਦੇ ਸਿਰ ਤੇ ਜਿਹੜਾ ਪਾਸਪੋਰਟ ਮਿਲਦਾ ਕੀ ਕੀ ਉਹਦਾ ਪ੍ਰੋਸੈਸ ਹੁੰਦਾ ਸੋ ਉਹਦੀ ਆਪਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਆਈ ਹੰਬਲੀ ਰਿਕਵੈਸਟ ਟੂ 올 ਆਫ ਯੂ ਕਿ ਪਲੀਜ਼ ਲੈਂਟ ਮੈਨ ਅ ਗਰੂਪ ਸਬਸਕ੍ਰਾਈਬ ਕਰਿਓ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਜਾਂ ਸ਼ੇਅਰ ਕਰ ਦਿਓ ਜੇ ਕਿਸੇ ਦੇ ਕੰਮ ਆ ਜੇ ਤਾਂ ਹਨ ਸੋ ਨਿਊ ਬੇਬੀ ਬੌਰਨ ਜਿਹੜਾ ਪਹਿਲੀ ਗੱਲ ਤਾਂ ਕਿ ਮੈਂ ਸ਼ੁਰੂ ਚ ਤੁਹਾਨੂੰ ਦੱਸ ਦੇਣਾ ਇੱਕ ਮੈਂ ਥੋੜੀ ਜਿਹਾ ਹੋਰ ਤੁਹਾਡ ਨਾਲ ਗੱਲ ਕਰਦਾ ਕਿ ਜਿਹੜੇ ਬੰਦੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰਦੇ ਆ ਹਨਾ ਇੰਸਟਾਗ੍ਰam ਤੇ ਜਦੋਂ ਜਾ ਕੇ ਤੁਸੀਂ ਮੈਸੇਜ ਕਰਦੇ ਹੋ ਪਲੀਜ਼ ਹੈਲੋ ਹਾਰੇ ਨੂੰ ਛੱਡ ਕੇ ਸਿੱਧਾ ਵਾਇਸ ਨੋਟ ਛੱਡੋ ਮੈਂ ਵਾਰੀ ਵਾਰੀ ਹਰ ਇੱਕ ਵੀਡੀਓ ਚ ਮੇਰੀ ਰਿਕਵੈਸਟ ਹੁੰਦੀ ਆ ਜਿਹੜਾ ਤੁਹਾਡਾ ਰਪਲਾਈ ਆ ਮੈਂ ਉਹ ਜਲਦੀ ਜਲਦੀ ਕਰਦੇ ਆ ਮੈਨੂੰ ਹੈਲੋ ਪਹਿਲਾਂ ਮੈਂ ਦੇਖੋ ਤੁਸੀਂ ਕਹਿੰਦੇ ਹੋ ਹੈਲੋ ਮੈਂ ਕਹਿੰਦਾ ਹੈਲੋ ਹਾਈ ਹਾਊ ਆਰ ਯ ਜਾ ਤੁਸੀਂ ਕਹਿੰਦੇ ਹੋ ਮੈਂ ਕਹਿੰਨਾ ਹਾਂਜੀ ਦੱਸੋ ਫਿਰ ਉਹ ਉਹ ਜਿਹੜਾ ਮੈਂ ਹਾਂਜੀ ਦੱਸੋ ਤੁਹਾਨੂੰ ਕਹਿਣਾ ਉਹਦੇ 'ਚ ਮੈਂ ਤੁਹਾਡਾ ਰਿਪਲਾਈ ਕਰ ਦੂੰਗਾ ਸੋ ਮੇਰਾ ਟਾਈਮ ਹੈ ਜੜਾ ਡਬਲ ਟ੍ਰਿਪਲ ਆ ਜਿਹੜਾ ਨਾ ਲੱਗੂਗਾ ਸੋ ਪਲੀਜ਼ ਸੋ ਇਹ ਚੀਜ਼ ਦਾ ਧਿਆਨ ਰੱਖਿਓ ਤੇ ਜਿਹੜੇ ਆਪਣਾ ਹੈਲਪ ਗਰੁੱਪ ਬਣਾਇਆ ਉਹਦੇ 'ਚ ਵੀ ਮੈਸੇਜ ਥੋੜੇ ਜਿਹਾ ਜ਼ਿਆਦਾ ਹਜੇ ਤੁਸੀਂ ਐਡਾ ਉਡਾ ਪਾ ਰਹੇ ਹੋ ਸੋ ਪਲੀਜ਼ ਉਹਦੇ 'ਚ ਧਿਆਨ ਦਿਓ ਡਿਸਕ੍ਰਿਪਸ਼ਨ 'ਚ ਲਿੰਕ ਆ ਤੁਸੀਂ ਰਿਕਵੈਸਟ ਭੇਜ ਦਿਓ ਜੁਆਇਨ ਕਰ ਲਓ ਬਟ ਉਹਦੇ 'ਚ ਸਿਰਫ ਕੰਮ ਦੀ ਗੱਲ ਕਰਿਆ ਕਰੋ ਸੋ ਆਪਾਂ ਗੱਲ ਕਰਨੀ ਆ ਨਿਊ ਬੇਬੀ ਬੌਰਨ ਸਭ ਜੜਾ ਖਾਸ ਕਰਕੇ ਪਿੰਡਿਆਂ ਦੀ ਗੱਲ ਕਰਦੇ ਆ ਪਾਕਿਸਤਾਨੀ ਦੀ ਗੱਲ ਕਰਦੇ ਆ ਉਹ ਕਹਿੰਦੇ ਯਾਰ ਇੱਧਰ ਜਦੋਂ ਬੱਚੇ ਨੂੰ ਜਨਮ ਦੇ ਦਿੰਦੇ ਆ ਬਸ ਆਪਣਾ ਬੱਚਾ ਉਸ ਦਿਨ ਤੋਂ ਬ੍ਰਿਟਿਸ਼ ਬਣ ਗਿਆ ਉਸ ਉਸ ਦਿਨ ਤੋਂ ਹੀ ਉਹ ਬ੍ਰਿਟਿਸ਼ ਆ ਤੇ ਇਹ ਤੁਹਾਡਾ ਜਿਹੜਾ ਇੱਕ ਬਹੁਤ ਵੱਡਾ ਵਹਿਮ ਆ ਇਦਾਂ ਦੀ ਕੋਈ ਗੱਲ ਨਹੀਂ ਆ ਜੇ ਤੁਸੀਂ ਇੱਥੇ ਇੰਡੀਅਨ ਪੇਰੈਂਟਸ ਹੋ ਜੇ ਤਾਂ ਤੁਹਾਡੇ ਚੋਂ ਇੱਕ ਪੇਰੈਂਟਸ ਆ ਜਿਹੜਾ ਉਹ ਆਈਐਲਆਰ ਤੇ ਆ ਜਾਂ ਇੱਕ ਪੇਰੈਂਟਸ ਆ ਜਿਹੜਾ ਬ੍ਰਿਟਿਸ਼ ਆ ਆਲਰੇਡੀ ਹੈਨਾ ਫੇਰ ਤਾਂ ਤੁਹਾਡਾ ਬੱਚਾ ਬ੍ਰਿਟਿਸ਼ ਆ ਜੇ ਤੁਸੀਂ ਦੋਨੇ ਪੇਰੈਂਟਸ ਆ ਜਿਹੜੇ ਇੰਡੀਅਨ ਹੋ ਜਾਂ ਪਾਕਿਸਤਾਨੀ ਹੋ ਜਾਂ ਹੋਰ ਨੈਸ਼ਨੈਲਿਟੀ ਦੇ ਹੋ ਤੇ ਜੇ ਅਸੀਂ ਇੰਡੀਅਨ ਆ ਤਾਂ ਸਾਡੇ ਬੱਚੇ ਦੀ ਜਿਹੜੀ ਨੈਸ਼ਨੈਲਿਟੀ ਆ ਉਹ ਵੀ ਇੰਡੀਅਨ ਹੀ ਆ ਉਹਦਾ ਬਰਥਪਲੇਸ ਯੂਕੇ ਆ ਪਰ ਉਹ ਬ੍ਰਿਟਿਸ਼ ਨਹੀਂ ਆ ਉਹਦੀ ਨੈਸ਼ਨੈਲਿਟੀ ਉਹੀ ਆ ਜੋ ਤੁਸੀਂ ਹੋ ਉਹਦਾ ਨਾ ਇੱਕ ਪ੍ਰੋਸੈਸ ਹੁੰਦਾ ਜਿਵੇਂ ਸਪੋਜ਼ ਕਰੋ ਉਹਦੇ ਚ ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਕਿ ਜੇ ਕਿਸੇ ਕਿਸੇ ਦਾ ਇੱਥੇ ਬੇਬੀ ਬੌਰਨ ਹੋਇਆ ਤੇ ਉਹ ਜ਼ਰੂਰ ਇਹ ਚੀਜ਼ ਨੂੰ ਫੋਲੋ ਕਰਿਓ ਉਹ ਕੋਈ ਕਾਲੀ ਨਾ ਕਰਿਓ ਠੀਕ ਹੈ ਨਾ ਜੇ ਤੁਹਾਡਾ ਹਜੇ ਕੋਈ ਸਟੇਟਸ ਆਈਐਲਰ ਵੱਲ ਨਹੀਂ ਜਾ ਰਿਹਾ ਤੇ ਉਹ ਕਾਹਲੀ ਨਾ ਕਰੋ ਕਿਵੇਂ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਤੁਹਾਡਾ ਇੱਥੇ ਬੇਬੀ ਬੌਰਨ ਹੋ ਗਿਆ ਹਨਾ ਉਹਨੂੰ ਇੱਥੇ ਇੱਕ ਬਰਥ ਸਰਟੀਫਿਕੇਟ ਮਿਲ ਜਾਂਦਾ ਯੂਕੇ ਦਾ ਉਸ ਤੋਂ ਬਾਅਦ ਨਾ ਉਹਦਾ ਇੱਕ ਪ੍ਰੋਸੈਸ ਆ 7 ਸਾਲ ਦਾ ਹਨਾ ਸੁਣਦੇ ਹੀ ਅਸੀਂ ਅਕਸਰ ਹੀ ਸੁਣਦੇ ਆ 7 ਸਾਲ ਦਾ ਪ੍ਰੋਸੈਸ ਆ 7 ਸਾਲ ਦਾ ਪ੍ਰੋਸੈਸ ਆ 7 ਸਾਲ ਕੰਟੀਨਿਊਸ ਸਮਝਦੇ ਹੋ ਕੰਟੀਨਿਊਸ ਇੱਥੇ ਰਹਿਣਾ ਹਨਾ ਇਹ ਨਹੀਂ ਵੀ ਉਹਦਾ ਇੰਡੀਅਨ ਪਾਸਪੋਰਟ ਤੁਸੀਂ ਬਣਾਤਾ ਤਾ ਤੂੰ ਇੰਡੀਆ ਜਾਵੜਿਆ 7 ਸਾਲ ਲਗਾਤਾਰ ਰਹਿਣਾ ਵੈਸੇ ਤਾਂ ਮੈਂ ਬਹੁਤ ਸਾਰੇ ਚੀਜ਼ਾਂ ਤੇ ਗੱਲ ਸੁਣਦਾ ਵੀ ਆ ਇੱਕ ਤਰ੍ਹਾਂ ਦਾ ਇਹ ਰਹਿਮ ਦਾ ਵੀਜ਼ਾ ਹੀ ਆ ਬਸ ਇੱਕ ਰਹਿਮ ਦੇ ਆਧਾਰ ਤੇ ਦਿੱਤਾ ਜਾਂਦਾ ਕਿ ਠੀਕ ਆ ਵੀ ਇਹ 7 ਸਾਲ ਇੱਥੇ ਲਗਾਤਾਰ ਰਹਾ ਫਿਰ ਉਹਨੂੰ ਬ੍ਰਿਟਿਸ਼ ਪਾਸਪੋਰਟ ਮਿਲਦਾ ਠੀਕ ਆ ਫਿਰ ਵੀ ਜਦੋਂ 7 ਸਾਲ ਲਗਾਤਾਰ ਰਹਿਣਾ ਇਹ ਗੱਲ ਤਾਂ ਕਲੀਅਰ ਹੈ ਨਾ ਇਹ ਨਹੀਂ ਬਈ ਤੁਸੀਂ ਉਹਦਾ بیਆਰਪੀ ਬਣਾ ਲਓ ਉਹਦਾ ਪਾਸਪੋਰਟ ਇੰਡੀਅਨ ਬਣਾ ਲਓ ਤੇ ਇੰਡੀਆ ਗੇੜੇ ਲਵਾਈ ਜਾਓ 7 ਸਾਲ ਬਾਅਦ ਅੜ ਨਹੀਂ 7 ਸਾਲ ਕੰਟੀਨਿਊਸਲੀ ਠੀਕ ਹੈ ਇੱਥੇ ਰਹਿਣਾ ਤੇ ਓਬਵੀਅਸਲੀ ਗੱਲ ਆ ਉਹ 7 ਸਾਲ ਜਿਹੜੇ ਪੇਰੈਂਟਸ ਵੀ ਫਿਰ ਨਾਲ ਹੀ ਰਹਿਣਗੇ ਜੇ ਤੁਹਾਡਾ ਵੀਜ਼ਾ 2 ਸਾਲ ਨੂੰ ਐਕਸਪਾਇਰ ਹੋ ਗਿਆ ਜਾਂ 3 ਸਾਲ ਨੂੰ ਐਕਸਪਾਇਰ ਹੋ ਗਿਆ ਤੇ ਤੁਸੀਂ ਉਹ 7 ਸਾਲ ਆ ਜਿਹੜੇ 2 ਨੰਬਰ 'ਚ ਕੱਟੋਂਗੇ ਹਨਾ ਇਹ ਗੱਲ ਵੀ ਮਾਈਂਡ ਦੇ ਵਿੱਚ ਰੱਖਣੀ ਆ ਤੁਸੀਂ 2 ਨੰਬਰ 'ਚ ਕੱਟੋਂਗੇ ਉਹ ਟਾਈਮ ਲੋਕ ਛੱਪ ਕੇ ਕੱਟੋਂ ਜਿਵੇਂ ਮਰਜ਼ੀ ਕੱਟੋਂ ਜਦੋਂ ਤੁਹਾਡਾ ਬੱਚਾ 7 ਸਾਲ ਦਾ ਹੋ ਜਾਊਗਾ ਫਿਰ ਤੁਸੀਂ ਬੱਚੇ ਲਈ ਬ੍ਰਿਟਿਸ਼ ਪਾਸਪੋਰਟ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਆ ਹੁਣ ਉਸ ਤੋਂ ਬਾਅਦ ਜਦੋਂ ਬੱਚੇ ਦਾ ਬ੍ਰਿਟਿਸ਼ ਪਾਸਪੋਰਟ ਅਪਲਾਈ ਹੋ ਜਾਂਦਾ ਇਟ ਡਸਨਟ ਮੀ ਨਾਲ ਤੁਹਾਨੂੰ ਵੀ ਪਾਸਪੋਰਟ ਮਿਲ ਜੂਗਾ ਨਹੀਂ ਬਟ ਹਾਂ ਇੱਕ ਜੀ ਇੱਥੇ ਤੁਹਾਡੀ ਸ਼ੁਰੂ ਹੋ ਜਾਂਦੀ ਆ ਜਦੋਂ ਬੱਚੇ ਨੂੰ ਪਾਸਪੋਰਟ ਮਿਲ ਗਿਆ ਫਿਰ ਤੁਹਾਨੂੰ ਉਹਦੇ ਆਧਾਰ ਤੇ 2.5 ਸਾਲ ਦਾ ਵੀਜ਼ਾ ਮਿਲੂਗਾ 2.5 ਸਾਲ ਦਾ ਵੀਜ਼ਾ ਮਿਲੂਗਾ ਉਸ 2.5 ਸਾਲ ਦੇ ਆਧਾਰ ਤੇ ਜਿਹੜੇ ਤੁਸੀਂ ਪਹਿਲਾਂ 7 ਸਾਲ ਨਾਲ ਇੰਡੀਆ ਗਏ ਹੋ ਨੇ ਉਹਨਾਂ ਪਾਕਿਸਤਾਨ ਗਏ ਉਹਨੂੰ ਕਿਤੇ ਵੀ ਨਹੀਂ ਗਏ ਹੁੰਦੇ ਲੋਕ ਛਿਪ ਕੇ ਰਹਿੰਦੇ ਹੋ ਉਹ 7 ਸਾਲ ਦੇ ਬਾਅਦ ਤੁਸੀਂ ਉਹ 2.5 ਸਾਲ ਦੇ ਵੀਜ਼ੇ ਤੇ ਇੰਡੀਆ ਜਾ ਵੀ ਸਕਦੇ ਹੋ ਇੰਡੀਆ ਤੋਂ ਆ ਵੀ ਸਕਦੇ ਹੋ ਤੁਹਾਨੂੰ ਇੱਕ ਤਰ੍ਹਾਂ ਦਾ ਇੱਥੇ ਸਟੇ ਮਿਲ ਜਾਂਦਾ 2.5 ਸਾਲ ਦਾ ਫਿਰ ਉਹਦੇ ਤੁਸੀਂ ਕੰਮ ਵੀ ਕਰ ਸਕਦੇ ਫਿਰ 2.5 ਸਾਲ ਬਾਅਦ ਫਿਰ 2.5 ਸਾਲ ਦਾ ਮਿਲੂਗਾ ਫਿਰ 2.5 ਸਾਲ ਬਾਅਦ ਫਿਰ 2.5 ਸਾਲ ਦਾ ਮਿਲੂਗਾ ਰੀਨਿਊ ਹੁੰਦਾ ਰਹੂਗਾ ਲਗਾਤਾਰ ਚਾਰ ਵਾਰ ਮਿਲੂਗਾ 2.5 ਨੂੰ 4 ਵੇਖ ਲਓ ਤੁਸੀਂ 10 ਸਾਲ 10 ਸਾਲ ਤੁਸੀਂ ਉਹ ਵੀਜ਼ਾ ਤੇ ਰਹੋਗੇ ਚਾਹੇ ਤੁਹਾਡੇ ਬੱਚੇ ਕੋਲੇ ਬ੍ਰਿਟਿਸ਼ ਪਾਸਪੋਰਟ ਆ 7 ਸਾਲ ਤੁਹਾਨੂੰ ਪਹਿਲਾਂ ਲੱਗੇ 10 ਸਾਲ ਤੁਹਾਨੂੰ ਉਹ ਲੱਗੇ ਤੁਹਾਨੂੰ ਲੱਗ ਜਣੇ ਇੱਥੇ 17 ਸਾਲ 17 ਸਾਲ ਬਾਅਦ ਫਿਰ ਤੁਹਾਡਾ ਜਿਹੜਾ ਬ੍ਰਿਟਿਸ਼ ਪਾਸਪੋਰਟ ਅਪਲਾਈ ਹੋਊਗਾ ਜਿਹਦੇ ਤੁਸੀਂ ਸਾਰਾ ਕੋਈ ਸਹੀ ਤੁਹਾਡਾ ਰਿਕਾਰਡ ਰਿਆ ਟੈਕਸ ਤੁਸੀਂ ਸਹੀ ਭਰਦੇ ਰਹੇ ਹੋ ਯੂਕੇ ਲਾਈਫ ਟੈਸਟ ਤੁਸੀਂ ਕਲੀਅਰ ਕਰ ਲਿਆ ਆਇਲਟਸ ਤੁਹਾਡਾ ਜੋ ਵੀ ਇੰਗਲਿਸ਼ ਲੈਂਗੁਏਜ ਟੈਸਟ ਹੈ ਇਥੇ ਕਲੀਅਰ ਕਰ ਲਿਆ ਫਿਰ ਤੁਹਾਡੀ ਜਿਹੜੀ ਆਈਐਲਆਰ ਆ ਉਹ ਲੱਗ ਜੂਗੀ ਸੋ ਇਹ ਗੱਲ ਮਾਈਂਡ ਦੇ ਵਿੱਚ ਨਹੀਂ ਰੱਖਣੀ ਵੀ ਇੱਕ ਤਾਂ 7 ਸਾਲ ਬਾਅਦ ਬੱਚੇ ਨੂੰ ਪਾਸਪੋਰਟ ਮਿਲ ਨਹੀਂ ਮਿਲਣਾ ਉਹ ਤਾਂ ਮਿਲੂਗਾ ਜੇ ਆਪਾਂ ਲਗਾਤਾਰ ਰਵਾਂਗੇ ਤੇ ਆਪਣੀ ਜਿਹੜੀ ਫਾਈਲ ਆ ਉਹ ਲੱਗੂਗੀ ਤੁਹਾਨੂੰ ਨਾਲ ਹੀ ਮਿਲ ਜਾਣਾ ਇਹ ਵੀ ਬਹੁਤ ਵੱਡਿਆਂ ਦੀ ਬਹੁਤ ਸਾਰੇ ਬੰਦਿਆਂ ਦੀ ਗਲਤਫਹਿਮੀ ਆ ਇਹ ਨਾਲ ਹੀ ਮਿਲ ਜਾਣਾ ਨਹੀਂ ਤੁਸੀਂ 7 ਸਾਲ ਦਾ ਮੰਨੋ ਦੇਖੋ ਬੱਚੇ ਨੂੰ ਮਿਲ ਜੂ ਕੋਈ ਗੱਲ ਨਹੀਂ ਤੁਸੀਂ 7 ਸਾਲ ਦਾ ਮੰਨੋ ਤੁਸੀਂ 17 ਸਾਲ ਮੰਨੋ ਹਾਂ ਇਹਦੇ 'ਚ ਇਹ ਜਰੂਰ ਚੀਜ਼ ਆ ਕਿ ਜਿਹੜੇ ਬੰਦੇ ਇੱਥੇ 2 ਨੰਬਰ 'ਚ ਤੁਰੇ ਫਿਰਦੇ ਸੀ ਵਿਚਾਰੇ ਜਿਵੇਂ ਵੀ ਸੀ ਚਲੋ ਉਹ 7 ਸਾਲ ਬਾਅਦ ਆਪਦੇ ਪੈਰਾਂ ਸਿਰ ਹੋ ਜਾਂਦੇ ਆ ਇੰਡੀਆ ਜਾ ਸਕਦੇ ਆ ਇੰਡੀਆ ਆ ਸਕਦੇ ਆ ਉਹਨਾਂ ਨੂੰ ਇਹ ਗੱਲ 'ਚ ਖੁਸ਼ੀ ਆ ਖੁੱਲ ਕੇ ਕੰਮ ਕਰ ਸਕਦੇ ਆ ਇੰਡੀਆ ਆ ਸਕਦੇ ਆ ਦੁੱਖ ਸੁੱਖ ਦੇ ਵਿੱਚ ਆਪਦੇ ਹਨਾ ਘਰੇ ਜਾ ਸਕਦੇ ਆ ਉਹਨਾਂ ਲਈ ਇਹ ਗੱਲ ਹੀ ਖੁਸ਼ੀ ਆ ਉਹਨਾਂ ਨੂੰ ਉਦੋਂ ਫਿਰ ਪਾਸਪੋਰਟ ਮੈਨਾ ਨਹੀਂ ਰੱਖਦਾ ਚਾਹੇ ਉਹਨਾਂ ਨੂੰ ਪਤਾ ਸਾਨੂੰ 10 ਸਾਲ ਬਾਅਦ ਮਿਲਣਾ ਬਟ ਐਕਚ 7 ਸਾਲ ਨਹੀਂ 17 ਸਾਲ ਦਾ ਸਮਾਂ ਸੋ ਇਹ ਸਮਾਂ ਤੁਹਾਨੂੰ ਲੱਗ ਜਾਂਦਾ ਇਹ ਜਿਹੜਾ ਮੇਨ ਫਾਰਮੂਲਾ ਸਿੰਪਲ ਜਾਂ ਨੋਰਮਲ ਜਾਂ ਫਾਰਮੂਲਾ ਹੀ ਹੈ ਕੋਈ ਇਹ ਨਹੀਂ ਆ ਕਿ ਬਹੁਤ ਜ਼ਿਆਦਾ ਇਹ ਕੰਪਲੈਕਸ ਆ ਜਾਂ ਬਹੁਤ ਜ਼ਿਆਦਾ ਪਤਾ ਨਹੀਂ ਕੀ ਹੋ ਜਾਂਦਾ ਇਦਾਂ ਦੀ ਕੁਝ ਨਹੀਂ ਆ ਵੈਸੇ ਜਿਹੜੇ ਇੰਡੀਅਨ ਤੋਂ ਇੰਡੀਆ ਤੋਂ ਬੱਚੇ ਹੁੰਦੇ ਆ ਜਿਹੜੇ ਇੰਡੀਆ ਤੋਂ ਬੱਚੇ ਹੁੰਦੇ ਆ ਰੂਲ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਇਹ ਨਹੀਂ ਵੀ ਉਹ ਬੌਰਨ ਪਰ ਉਹਨਾਂ ਨੇ ਵੀ ਕੰਟੀਨਿਊਸਲੀ ਰਹਿਣਾ ਹੁੰਦਾ ਇੱਥੇ ਠੀਕ ਹੈ ਨਾ ਹੁਣ ਉਹਦੇ ਚ ਚੇਂਜ ਕਰ ਰਹੇ ਹੈ ਕੁਝ ਸ਼ਾਇਦ ਇਹ 5 ਸਾਲ ਦਾ ਵੀਜ਼ਾ ਉਹਨੂੰ ਵਧਾ ਕਰਨਗੇ ਪਹਿਲਾਂ ਫਿਰ ਆਈਐਲਰ ਰਿਪਲਾਈ ਹੋਊਗੀ ਸ਼ਾਇਦ ਪਹਿਲਾਂ ਨੂੰ 5 ਸਾਲ ਦਾ ਵੀਜ਼ਾ ਮਿਲੂਗਾ ਫਿਰ ਆਈਐਲਆਰ ਰਿਪਲਾਈ ਹੋਊਗੀ ਮੈਂ ਪੂਰਾ ਅਜੇ ਸਟੱਡੀ ਨਹੀਂ ਕਰ ਸਕਿਆ ਇਹਨੂੰ ਬਟ ਉਹਨਾਂ ਦੇ ਵੀ ਰੂਲ ਲਾਗੂ ਹੁੰਦਾ ਉਹਨਾਂ ਨੂੰ ਪਾਸਪੋਰਟ ਮਿਲ ਸਕਦਾ ਇਹਨੂੰ ਵੀ ਨਹੀਂ ਮਿਲ ਸਕਦਾ ਜਿਹੜੇ ਇੰਡੀਆ ਤੋਂ ਨਵੇਂ-ਨਵੇਂ ਬੱਚੇ ਲੈ ਕੇ ਆਏ ਆ ਉਹਨਾਂ ਨੂੰ ਮਿਲ ਜੂਗਾ ਹੁਣ ਜਿਹੜੇ ਬੰਦੇ ਸਪੋਜ਼ ਕਰੋ ਇੱਥੇ ਵਿਚਾਰੇ ਉਹ ਜੇ ਤਰੀਕੇ ਨਾਲ ਬੈਠ ਗਏ ਜਾਂ ਕਿਸੇ ਗਲਤ ਤਰੀਕੇ ਨਾਲ ਫਸ ਗਏ ਜਿਨ੍ਹਾਂ ਨੂੰ ਪਤਾ ਹੁਣ ਰਸਤਾ ਨਹੀਂ ਨਿਕਲ ਰਿਹਾ ਫਿਰ ਉਹਨਾਂ ਦੇ ਬੱਚੇ ਇੱਥੇ ਬੌਰਨ ਹੋ ਗਏ ਉਹਨਾਂ ਨੂੰ ਫਿਰ ਹੁਣ ਵੇਟ ਕਰਨ 'ਚ ਫਾਇਦਾ ਇਹ ਇੱਕ ਤੁਹਾਡੇ ਕੋਲੇ ਹਥਿਆਰ ਆ ਜਿਹਦੇ ਸਿਰ ਤੇ ਤੁਸੀਂ 7 ਸਾਲ ਬਾਅਦ ਥੋੜੇ ਜਿ ਕੱਚਿਆਂ ਤੋਂ ਪੱਕੇ ਪੈਰਾਂ ਤੇ ਹੋ ਜੋਂਗੇ ਪੱਕੇ ਨਹੀਂ ਹੋਵੋਗੇ ਪੱਕੇ ਤਾਂ ਫਿਰ 17 ਸਾਲ ਬਾਅਦ ਹੀ ਹੋਵੋਗੇ ਹਨਾ ਸੋ ਜਦੋਂ ਤੁਹਾਡੇ ਬੱਚੇ ਨੂੰ ਮਿਲ ਜਾਂਦਾ ਉਸ ਤੋਂ ਬਾਅਦ 10 ਸਾਲ ਲੱਗਣਗੇ ਤੁਹਾਨੂੰ ਸੋ ਇਹਨਾਂ ਕ ਸਿਸਟਮ ਆ ਐਵੇਂ ਕੋਈ ਵਹਿਮ ਨਹੀਂ ਕਰਨਾ ਇਹ ਚੀਜ਼ ਦੇ ਵਿੱਚ ਇਹ ਇਹਨੂੰ ਹੀ ਆਧਾਰ ਨਹੀਂ ਬਣਾਉਣਾ ਕਿ ਯਾਰ ਇਹਨੂੰ ਹੀ ਆਧਾਰ ਬਾਲੋ ਹੋਰ ਬਾਕੀ ਜਿਵੇਂ ਛੱਡ ਦਿਓ ਬਾਕੀ ਸਭ ਚੀਜ਼ਾਂ ਟਰਾਈ ਕਰੋ ਬੱਚੇ ਨੂੰ ਆਧਾਰ ਬਣਾਉਂਦੀ ਲੋੜ ਨਹੀਂ ਆ ਕਿਉਂਕਿ ਕੰਟੀਨਿਊਸਲੀ 7 ਸਾਲ ਰਹਿਣਾ ਬਿਨਾਂ ਇੰਡੀਆ ਜਾਏ ਗਏ ਇਹ ਵੀ ਔਖਾ ਕਈਆਂ ਲਈ ਇਹ ਸੌਖਾ ਹੋ ਸਕਦਾ ਬਟ ਮੇਰੇ ਅਰਗੇ ਬੰਦਿਆਂ ਲਈ ਔਖਾ ਬਹੁਤ سارے ਬੰਦੇ ਕਹਿੰਦੇ ਹਾਂ ਯਾਰ ਤਾਨੂੰ ਵੈਸੇ ਹੀ ਹੁਣ ਜਿਹੜੇ ਬੰਦੇ ਸਕਿੱਲ ਵੀਜ਼ਾ ਤੇ ਆ ਉਹ ਆਪਦੀ ਕਿਤੋਂ ਹੋਰ ਸਪான்ਸਰ ਲੱਭ ਲੈਣ ਜਿਨ੍ਹਾਂ ਨੂੰ ਨਹੀਂ ਮਿਲਿਆ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਉਹ 5 ਸਾਲ ਦਾ ਬੰਦ ਵੈਸੇ ਹੀ ਕਲੀਅਰ ਹੋ ਜਾ ਉਹਨਾਂ ਦਾ ਸਾਰਾ ਕੁਝ ਨਾ 5 ਸਾਲ ਬਾਅਦ ਤੁਹਾਨੂੰ ਵੈਸੇ ਹੀ ਆਈਐਲਆਰ ਲੱਗ ਜਾਨੀ ਆ ਤੇ ਉਦੋਂ ਇੱਕ ਸਾਲ ਬਾਅਦ ਸਾਨੂੰ ਸਿਟੀਜਨਸ਼ਿਪ ਮਿਲ ਜਾਨੀ ਆ ਪਾਸਪੋਰਟ ਮਿਲ ਜਾਣਾ ਯੂਕੇ ਦਾ ਸੋ ਇਹ ਚੀਜ਼ ਦਾ ਧਿਆਨ ਰੱਖਿਓ ਸੋ ਬੱਚੇ ਦਾ ਇੱਥੇ ਜਨਮ ਹੋਣ ਦਾ ਮਤਲਬ ਨਾ ਤਾਂ ਉਹ ਬ੍ਰਿਟਿਸ਼ ਹੁੰਦਾ ਨਾ ਉਹਨੂੰ ਬ੍ਰਿਟਿਸ਼ ਪਾਸਪੋਰਟ ਨਾ ਹੀ ਤੁਹਾਡਾ ਕੋਈ ਵੀਜ਼ਾ ਤੇ ਤੁਸੀਂ ਇੱਥੇ ਬ੍ਰਿਟਿਸ਼ ਹੋ ਜਾਓਗੇ ਇਦਾਂ 7 ਸਾਲ ਦਾ ਤੁਹਾਨੂੰ ਵੀ ਔਖੇ ਸੁਖੇ ਕੱਢਣਾ ਪੈਣਾ ਫਿਰ 10 ਸਾਲ ਤੁਹਾਡਾ ਵੀਜ਼ਾ ਐਕਸਟੈਂਡ ਕਰਾਉਣਾ ਪਿਆ ਕਰੋ 2.5 ਸਾਲ ਬਾਅਦ ਫੀਸਾਂ ਫੇਰ ਲੱਗਣਗੀਆਂ ਸੋ ਬੈਟਰ ਹੈ ਕਿ ਇਹ ਚੀਜ਼ ਤੋਂ ਬਚੋ ਜੇ ਐਂਡ ਤੇ ਆਪਸ਼ਨ ਆ ਫਿਰ ਤੁਹਾਨੂੰ ਮੈਂ ਦੱਸਿਆ ਇਸ ਤਰੀਕੇ ਨਾਲ ਤੁਸੀਂ ਜਾਣਾ ਤੇ ਤੁਹਾਡਾ ਜਿਹੜਾ ਪਰਮਾਤਮਾ ਨੇ ਜੇ ਅੱਗੇ ਕੋਈ ਨਵਾਂ ਰੂਲ ਇਹ ਨਾ ਬਣਾਉਣ ਇਹਨਾਂ ਦਾ ਕੋਈ ਪਤਾ ਨਹੀਂ ਹੈ ਨਾ ਇਹਦੇ ਕੋਈ ਚੀਜ਼ਾਂ ਆਪਾਂ ਸੋਚ ਨਹੀਂ ਸਕਦੇ ਕਿ ਅੱਜ ਆਏ ਆ ਤੇ ਕੱਲ ਨੂੰ ਕੀ ਹੋਣਗੇ ਇਹਨਾਂ ਦਾ ਕੋਈ ਪਤਾ ਨਹੀਂ ਇਹ ਇਥੋਂ ਦੇ ਵੈਦਰ ਆ ਰਹੀ ਆ ਜਿਹੜੇ ਯੂਕੇ ਦੇ ਰੂਲ ਆ ਜਾਂ ਯੂਕੇ ਦੀ ਜਿਹੜੀ ਉੱਤੇ ਸਿਸਟਮ ਕੰਮ ਕਰਦਾ ਉਹ ਇਥੋਂ ਦੇ ਵੈਦਰ ਆ ਰਹੀ ਆ ਪਤਾ ਨਹੀਂ ਕਦੋਂ ਚੇਂਜ ਹੋ ਜੇ ਠੀਕ ਹੈ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਇੰਨਾਕ ਸਮਾਂ ਤੁਹਾਨੂੰ ਲੱਗੂਗਾ ਮੇਰੇ ਦਾ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਬੱਚੇ ਦੇ ਸਿੰਪਲ ਹੀ ਆ ਕੋਈ ਬਾਲਾ ਔਖਾ ਨਹੀਂ ਹੈ ਨਾ ਮੈਂ ਤਾਂ ਨੋਰਮਲ ਜੀ ਤੁਹਾਨੂੰ ਸਿਚੁਏਸ਼ਨ ਦੱਸੀ ਕਿ ਇਦਾਂ ਦੇ ਸਾਰਾ ਕੁਝ ਹੋ ਜਾਂਦਾ ਸੋ ਇਸ ਤਰੀਕੇ ਨਾਲ ਤੁਸੀਂ ਗਾਂਹ ਜਾ ਸਕਦੇ ਹੋ ਹਨ ਇੰਨਾ ਸਮਾਂ ਤੁਹਾਨੂੰ ਲੱਗ ਜੂਗਾ ਸੋ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆ ਪਸੰਦ ਆਈ ਆ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਲੀਜ਼ ਅਸੈਂਬਲੀ ਰਿਕਵੈਸਟ ਟੂ 올 ਆਫ ਯੂ ਤੇ ਇੰਸਟਾਗ੍ਰਾਮ ਤੇ ਜੇ ਮੈਸੇਜ ਕਰਨਾ ਤੇ ਮੈਂ ਪਹਿਲਾਂ ਵੀ ਦੱਸਿਆ ਕਿ ਹੈਲੋ ਹਾਈ ਨੂੰ ਛੱਡ ਕੇ ਸਿੱਧਾ ਬੁਨਸ ਨੋਟ ਛੱਡੋ ਤੇ ਆਪਾਂ ਤੁਹਾਡ ਨਾਲ ਗੱਲ ਕਰਾਂਗੇ ਜਿੰਨੀ ਛੇਤੀ ਵੀ ਹੋ ਸਕਦਾ ਉਹਨੂੰ ਛੇਤੀ ਤੁਹਾਡ ਨਾਲ ਗੱਲ ਕਰ